ਸਤਿ ਜੀ ਅਸਲਾਮ ਅਲੈਕੁਮ ਜਨਾਬ ਅਸੀਂ ਅੱਜ ਮੰਡੀ ਸ਼ਾਹਪੁਰ ਕਾਂਜਰਾ ਦਾ ਜਨਾਬ ਵਿਜ਼ਿਟ ਕਰ ਰਹੇ ਜੇ ਅਤੇ ਮਾਸ਼ਾਅੱਲਾ ਅਸੀਂ ਤੁਹਾਨੂੰ ਅੱਜ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਹੜੀ ਜਗ੍ਹਾ ਦੇ ਉੱਤੇ ਅੱਛੇ ਅੱਛੇ ਜਾਨਵਰ ਨੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਜੇ। ਇਹ ਦੇਖੋ ਮੰਡੀ ਤੋਂ ਬਾਹਰ ਵੀ ਅਗਰ ਤੁਸੀਂ ਵਿਜ਼ਿਟ ਕਰੋਗੇ ਤਾਂ ਮੰਡੀ ਤੋਂ ਬਾਹਰ ਵੀ ਤੁਸੀਂ ਇਹ ਜਾਨਵਰ ਖਰੀਦ ਸਕਦੇ ਜੇ। ਜੇਕਰ ਤੁਹਾਨੂੰ ਬਾਹਰੋਂ ਵੀ ਅਗਰ ਤੁਸੀਂ ਖਰੀਦੋ ਜੇ ਅਗਰ ਤੁਹਾਨੂੰ ਅੱਛੀ ਜਾਨਵਰ ਮਿਲ ਤਾਂ ਤੁਸੀਂ ਖਰੀਦ ਸਕਦੇ ਜੇ। ਕੋਈ ਲਾਜ਼ਮੀ ਨਹੀਂ ਕਿ ਮੰਡੀ ਦੇ ਵਿੱਚ ਅੱਛੇ ਹੀ ਤੁਹਾਨੂੰ ਜਾਨਵਰ ਜਿਹੜੇ ਨੇ ਮੰਡੀ ਦੇ ਅੰਦਰੋਂ ਹੀ ਮਿਲਣਗੇ, ਤੁਹਾਨੂੰ ਬਾਹਰੋਂ ਵੀ ਜਿਹੜੇ ਨਾ ਉਹ ਜਾਨਵਰ ਮਿਲ ਸਕਦੇ ਨੇ। ਹੁਣ ਇਹ ਜਿਹੜੇ ਜਾਨਵਰ ਖੜ੍ਹੇ ਨੇ ਇਹਨਾਂ ਦੇ ਰੇਟ ਵਗੈਰਾ ਅਸੀਂ ਪਤਾ ਕਰਨਾ ਕਿ ਇਹਨਾਂ ਦੇ ਰੇਟ ਵਗੈਰਾ ਇਸ ਟਾਈਮ ਕੀ ਹੈਗੇ ਨੇ, ਕੀ ਪ੍ਰਾਈਸ ਚੱਲ ਰਹੇ ਨੇ ਔਰ ਕਿੰਨੇ ਕੁ ਇਹਨਾਂ ਦੇ ਪੈਸੇ ਮੰਗ ਰਹੇ ਨੇ। ਅਤੇ ਇਹ ਦੇਖੋ ਜਾਨਵਰ ਖੋਤੇ ਨੇ ਸਹੀ ਵੱਲ ਨਸਲ ਦਾ ਵਛੜਾ ਹੈਗਾ ਜੇ। ਇੱਕ ਲੱਖ 40,000 ਰੁਪਏ ਦਾ ਜਨਾਬ ਇਹ ਦੇ ਰਹੇ ਜੇ। ਅਤੇ ਇਹ ਦੇਖੋ ਇਹਦੇ ਕਿੰਨੇ ਪੈਸੇ ਨੇ, ਇੱਕ ਲੱਖ 30,000 ਰੁਪਇਆ। ਅਤੇ ਦੋਂਦਾ ਹੈਗਾ, ਬਿਲਕੁਲ ਠੀਕ ਹੋ ਗਿਆ। ਅਤੇ ਕੀ ਨਾਮ ਕੀ ਆਪਣਾ, ਆਰਫ ਕਿਹੜੀ ਜਗ੍ਹਾ ਤੋਂ ਆਇਆ, ਪੱਤੋਕੀ। ਲਓ ਜੀ ਪੱਤੋਕੀ ਤੋਂ ਨੇ ਜਨਾਬ। ਅਤੇ ਫਾਈਨਲ ਕਿੰਨੇ ਪੈਸੇ ਵੈਸੇ ਹੋਣਗੇ, ਫਾਈਨਲ ਇੱਕ 20। ਅਤੇ ਉਹ ਵੱਛਾ ਜਿਹੜਾ ਦੂਸਰਾ, ਉਹ ਜਿਹੜਾ ਦੂਸਰਾ ਖੜਾ ਉਹ 2 ਲੱਖ, ਅੱਛਾ 2,40,000 ਰੁਪਏ ਦੇ ਦੋਵੇਂ, ਯਾਨੀ 1 20 ਦਾ ਹੈ ਤੇ 1 20 ਦਾ ਉਹ, ਠੀਕ ਹੋ ਗਿਆ। ਤੇ ਤੇਰੇ ਕੋਲ 2 ਹੀ ਜਾਨਵਰ ਹੈਗੇ ਨੇ ਜਾਂ ਹੋਰ ਵੀ ਹੈਗੇ ਨੇ? ਕਿੰਨੇ ਲਿਆਂਦੇ ਸੀ? 2 ਹੀ ਲਿਆਂਦੇ ਸੀ। ਤੇ ਕਿਦੋਂ ਵਧਾਇਆ ਹੋਇਆ? ਸੁਬਹਾ ਦੇ ਵਿਕੇ ਬੁਕੇ ਕੋ ਨਹੀਂ, ਵਿਕੇ ਬੁਕੇ ਕੋ ਨਹੀਂ ਸੀ, ਸੁਬਹਾ ਦਾ ਆਇਆ ਹੋਇਆ। ਤੇ ਵੈਸੇ ਕਿੰਨਾ ਕੁ ਰੇਟ ਲੱਗ ਗਿਆ? ਰੇਟ ਨਹੀਂ ਦੇ ਰਿਹਾ, ਕਿੰਨਾ ਕੁ ਰੇਟ ਲੱਗ ਰਿਹਾ? 80-90। ਤੇ ਫਾਈਨਲ ਕਿੱਥੋਂ ਤੱਕ ਵੇਚੋਗੇ? 1,20,000। ਲਓ ਜਨਾਬ ਫਾਈਨਲੀ 1,20,000 ਰੁਪਇਆ ਉਹ ਕਹਿ ਰਹੇ ਨੇ, ਇਹਦੇ ਨਾਲ ਕਮੀ ਪੇਸ਼ੀ ਨਹੀਂ ਕਰ ਰਹੇ। ਅਸੀਂ ਤੁਹਾਨੂੰ ਜਾਨਵਰ ਜਿਹੜੇ ਨੇ ਉਹ ਅੱਗੇ ਵੱਧ ਕੇ ਵੀ ਤੁਹਾਨੂੰ ਵਿਖਾ ਦਿੰਦੇ ਹਾਂ, ਪਿੱਛੋਂ ਵੀ ਵਿਖਾ ਦਿੰਦੇ ਹਾਂ, ਤਾਂ ਕਿ ਜਿਹੜੇ ਨਾ ਇਹ ਤੁਹਾਨੂੰ ਪਤਾ ਲਓ ਜੀ ਪਿੱਛੋਂ ਵੀ ਤੁਸੀਂ ਦੇਖੋ 1,20,000 ਰੁਪਇਆ। ਲਓ ਜਨਾਬ ਤੁਸੀਂ ਵਿਜ਼ਿਟ ਕਰ ਸਕਦੇ ਜੇ, ਅਸੀਂ ਵਿਜ਼ਿਟ ਕਰ ਰਹੇ ਹਾਂ ਜਨਾਬ ਮੰਡੀ ਸ਼ਾਹਪੁਰ ਕਾਂਜਰਾ। ਅਤੇ ਮੰਡੀ ਸ਼ਾਹਪੁਰ ਕਾਂਜਰਾ ਜਿਹੜੀ ਹੈ ਜੀ ਉਹ ਤਕਰੀਬਨ ਅਗਰ ਤੁਸੀਂ ਕਹੋ ਕਿ ਪਾਕਿਸਤਾਨ ਦੀ ਸਭ ਨਾਲੋਂ ਵੱਡੀ ਮੰਡੀ ਹੈ ਤਾਂ ਬਿਲਕੁਲ ਤੁਸੀਂ ਕਹਿ ਸਕਦੇ ਜੀ, ਕਿਉਂਕਿ ਇੱਥੇ ਤੁਸੀਂ ਇਹ ਦੇਖ ਸਕਦੇ ਜੇ ਰਸ਼ ਕਿੰਨਾ, ਔਰ ਦੂਸਰੀ ਗੱਲ ਇਹ ਕੁਰਬਾਨੀ ਵੀ ਹੈ ਔਰ ਹਰ ਕਿਸਮ ਦੇ ਜਨਾਬ ਜਾਨਵਰ ਵੀ ਇੱਥੇ ਤੁਹਾਨੂੰ ਇਹ ਜਨਾਬ ਇਨਸ਼ਾਅੱਲਾ ਮਿਲ ਜਾਣਗੇ ਅਗਰ ਤੁਸੀਂ ਲੈਣਾ ਚਾਹੋਗੇ ਤਾਂ। ਅਤੇ ਲਓ ਜਨਾਬ ਵੀਡੀਓ ਤੁਹਾਡੀ ਅੱਛੀ ਲੱਗੀ ਹੋਵੇ ਛੋਟੀ ਜੀ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ, ਅਤੇ ਇਜਾਜ਼ਤ ਚਾਹੁੰਦੇ ਜਨਾਬ, ਅੱਲਾਹ ਹਾਫਿਜ਼ ਫੀ ਮਾਨ ਅੱਲਾ ਜੀ।